हिंदी टीवी सीरियल दिया और बाती हम के स्टार सूरज आज मोगा में अपने प्रशंसकों को मिलने पहुंचे। जैसे ही वे मोगा पहुंचे तो उनके चाहने वाले भी उनके पीछे पीछे पहुंच गए। इस समय उन्होंने बीपीटी न्यूज को बताया कि उनका सीरियल दिया और बाती 5 साल तक चला और देश और विदेश में बहुत पसंद किया गया। हिंदी ये हुआ था अपने 2011 ਕਰੋਨਾ ਮਿਲਾ ਪੰਜਾਬੀ ਮੈਨੂੰ ਇਸ ਚੀਜ਼ ਦਾ ਹਰ ਸ਼ੋਅ ਦੇ ਵਿੱਚ ਸੂਰਜ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਪੰਜਾਬੀ ਫਿਲਮਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਜਾਂ ਤੁਹਾਨੂੰ ਆਫਰ ਮਿਲ ਜਾਏ ਤੁਸੀਂ ਕਰਨਾ ਚਾਹੋ ਕਾਮੇਡੀ ਫਨੀ, ਜਿਸ ਤਰ੍ਹਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਚੱਲ ਰਹੇ ਹੈ, ਤੁਸੀਂ ਇੰਟਰਸਟ ਰੱਖਦੇ ਹੋ ਇਸ ਫਿਲਮ ਦੇ ਵਿੱਚ? ਮੈਂ ਆਪਣੇ ਆਪ ਨੂੰ ਵੀ ਫਨੀ ਚ ਨਹੀਂ ਦੇਖਣਾ ਚਾਹੁੰਦਾ। ਠੀਕ ਹੈ, ਮੈਂ ਆਪਣੇ ਆਪ ਨੂੰ ਇੰਟੈਂਸ ਜਾਂ ਬੜੀ ਜੋਵੀਅਲ ਕੈਰੇਕਟਰ ਵਿੱਚ ਦੇਖਣਾ ਚਾਹੁੰਦਾ, ਵੈਰੀ ਰੋਮਾਂਟਿਕ ਹੀਰੋ, ਕਿਉਂਕਿ ਫਨੀ ਕੁਝ ਅਲੱਗ ਹੁੰਦਾ ਹੈ। ਫਨੀ ਲੱਗਣਾ ਵੀ ਚਾਹੀਦਾ ਬੰਦਾ, ਫਨੀ ਹੋਣੀ ਚਾਹੀਦੀ, ਲੱਗਣੀ ਨਾ ਲੱਗਣੀ ਸਭ ਆਪਣੀ ਗੱਲ ਹੁੰਦੀ ਹੈ। ਨਹੀਂ, ਜਿਸ ਤਰ੍ਹਾਂ ਕਿ ਸੋਨੂ ਸੂਦ ਜੀ ਤੋਂ ਮੌਕਾ ਤੋਂ ਬਿਲੋਂਗ ਕਰਦੇ ਆ, ਉਹਨਾਂ ਨੇ ਫਨੀ ਵੀ ਕੀਤਾ ਹੈਗਾ ਵੈ,
रोमांटिक भी है मेरे ख्याल से। फनी उन्होंने बाज किया होगा, देखो मैं देखा नहीं है लेकिन उन्होंने बाज किया होगा। लेकिन फनी उन्होंने शायद पिक्चर दबांगा जिसे जो उन्होंने ਕੰਨਾਂ ਦੇ ਵਿੱਚੋਂ ਧੂੰਆਂ ਨਿਕਲਣਾ ਲੱਗ ਜਾਂਦਾ ਕੋਈ ਮਾਂ ਬਾਰੇ ਕੁਛ ਕਹਿੰਦਾ ਨਹੀਂ ਇਟਸ ਉਹ ਇੱਕ ਡਿਫਰੈਂਟ ਇਟਸ ਅ ਨੈਗੇਟਿਵ ਕੈਰੈਕਟਰ ਦੈਟ ਇਜ਼ ਉਹ ਤਾਂ ਕੈਰੈਕਟਰ ਨੈਗੇਟਿਵ ਫਨੀ ਮੱਲੇ ਦਾ ਕਹਿੰਦਾ ਮਤਲਬ ਕਿ ਮੈਨੂੰ ਤਾਂ ਲੱਗਦਾ ਉਹ ਸਾਡੀ ਮਾਂ ਬਾਪ ਹੀ ਆ ਪਸੰਦ ਨਹੀਂ ਕਰਾਂਗੇ ਬਿਲਕੁਲ ਰਾਈਟ ਤੇ ਉਹ ਮੇਰੇ ਚਿਹਰੇ ਤੇ ਸੂਟ ਵੀ ਨਹੀਂ ਕਰੂਗਾ ਕੈਰੈਕਟਰ ਨਾਲ ਉਹਦੇ ਨਾਲ ਬੈਠੇ ਆ ਇਹ ਇਸ ਗੱਲ ਦਾ ਠੀਕ ਕਹਿ ਰਿਹਾ ਕਿਉਂਕਿ ਇਹਨਾਂ ਦੀ ਇਮੇਜ ਇਸ ਤਰ੍ਹਾਂ ਫੈਮਿਲੀ ਦੇ ਵਿੱਚ ਬੜੀ ਅੱਛੀ ਹੈ ਜੀ ਅਗਰ ਆਪਾਂ ਬਾਤ ਕਰੇ ਜੈਸੇ ਆਪਣੇ ਵੀਰ ਬਾਕੀ ਸਭ ਤੋਂ ਫੇਵਰਟ ਦਾ ਜੀ ਜੀ उसमें आपको जो रोल मिला है खलवाई का रोल मिला जी। तो ये रोल निभाने में आपको कुछ दिक्कत आई हो कभी कोई काम ना किया हो वैसा और आपको बर्फी बनानी पड़ जाए जी तो उसमें आपने नहीं, नहीं, मुझे मैं आपको बताऊं इससे पहले इस लाइन में आने से पहले मेरा रेस्टोरेंट था हमारे तो आपको ये अपना शुरू से ही जो है मिला हुआ है खलवाई का काम नहीं नहीं वो उन्होंने इत्तेफाक से ले लिया उन्होंने देखा कि पहले कहानी जो थी कि जो होती है ना वो प्री प्लान्ड नहीं होता कुछ एपिसोड्स प्री प्लान्ड होते हैं उसके बाद जो होता है वो मतलब वो जिमें जिमें थोड़ी परतां खुली जाती थोड़ा कैरेक्टर वैसे वैसे डिवेलप हो जाता है उन्होंने देखा यार ठीक ठाक कम कर लेता है जलेबी भी वधिया कर ली तो आपको भी लड़न चला गया सिंगापुर जी वो मतलब सारिया चीज़ा जो है जो बंदे के अनुभव एक एक ਤੁਹਾਡੇ ਨਾਲ ਐਕਟਰਸ ਜਿਹੜਾ ਆਈਪੀਐਸ ਸੀ ਤੇ ਕੰਬੀਨੇਸ਼ਨ ਬੜਾ ਸਾਰੇ ਜਵਾਬ ਦੇ ਰਹੇ ਨੇ ਬਸ ਮੈਂ ਸੋਚਣਾ ਨਹੀਂ ਫੈਮਿਲੀ ਲਾਈਫ ਮੈਂ ਸੋਚੇ ਵੀ ਕੀ ਕਹਿ ਰਹੇ ਵੀ ਇਹ ਯਾ ਬਾਤੀ ਦੀ ਗੱਲ ਕਰ ਰਹੇ ਜਾਂ ਫਿਰ ਇਹ ਐਕਚੁਅਲ ਲਾਈਫ ਦੀ ਗੱਲ ਕਰ ਰਹੇ ਐਕਚੁਅਲ ਲਾਈਫ ਅੱਛਾ ਨਹੀਂ ਨਹੀਂ ਐਕਚੁਅਲ ਲਾਈਫ ਐਕਚੁਅਲ ਲਾਈਫ ਦੀ ਗੱਲ ਕਿਉਂਕਿ ਐਕਚੁਅਲ ਲਾਈਫ ਹੀ ਬੰਦੇ ਹੁੰਦਾ ਸਾਰਾ ਕੁਝ ਲੱਗੇ ਹੁੰਦੇ ਬਸ ਜੇ ਤੁਹਾਡੀ ਐਕਚੁਅਲ ਲਾਈਫ ਹੈਗੀ ਸਟੈਂਡ ਹੈਗੀ ਤਾਂ ਹੀ ਤੁਸੀਂ ਇਹ ਕਰ ਸਕਦੇ ਹੋ ਜੀ ਹਜੇ ਹਜੇ ਸਟੈਂਡ ਨਹੀਂ ਹੈ ਐਕਚੁਅਲ ਲਾਈਫ ਇਨਕੰਪਲੀਟ ਹੈ ਆਈ ਐਮ ਇਨਕੰਪਲੀਟ ਵਿਦਆਊਟ ਮੈਰਿਜ ਸਪੋਰਟ ਕਰ ਲਓ ਤੁਹਾਨੂੰ ਬਾਲੀਵੁੱਡ 'ਚ ਮਿਲ ਜਾਂਦਾ ਹੈ ਚਾਂਸ ਮਿਲਦਾ ਹੈ ਹਾਂਜੀ ਕਿਹੜੀ ਐਕਟਰਸ ਨਾਲ ਤੁਸੀਂ ਕੰਮ ਕਰਨਾ ਪਸੰਦ ਕਰੋ ਕਿਹੜੀ ਐਕਟਰਸ ਨਾਲ ਕਰੀਨਾ ਕਰੀਨਾ ਕੀ ਖਾਸੀਅਤ ਦੇ ਕਰੀਨਾ ਕਪੂਰ ਮੇਰੇ ਸਾਰੇ ਜਿਹੜੇ ਵੀ ਹੋਣਗੇ ਨਾ ਮਾੜੀਆਂ ਮੋਟੀਆਂ ਕਮੀਆਂ ਹੋਣਗੀਆਂ ਸਾਰਿਆਂ ਨੂੰ ਛੁਪਾ ਲੂਗੀ ਬਿਕੋਜ਼ ਸ਼ੀ ਇਜ਼ ਅ ਵੈਰੀ ਵੈਰੀ ਡਾਇਨਾਮਿਕ ਐਂਡ ਵੈਰੀ ਵੈਰੀ ਟੈਲੈਂਟਡ ਐਕਟਰਸ ਅਤੇ ਜੇ ਮੈਂ ਇੱਕ ਨਵਾਂ ਜਿਹਾ ਮੁੰਡਾ ਸੀਰੀਅਲ 'ਚੋਂ ਨਿਕਲ ਗਿਆ ਫਿਲਮਾਂ 'ਚ ਆ ਕੇ ਹਲਕੀ ਫੁਲਕੀ ਦੀ ਕਮੀ ਮੈਂ ਕੋਈ ਲੱਗੂਗੀ ਉਹ ਛੁਪਾ ਲੂਗੀ ਸ਼ੀ ਇਜ਼ ਅ ਵੈਰੀ ਵੈਰੀ ਫੈਂਟੈਸਟਿਕ ਐਂਡ ਡਾਇਨਾਮਿਕ ਐਕਟਰ ਐਜ਼ ਐਕਟਰ ਤੁਸੀਂ ਕਿੰਨਾ ਨਾ ਕੰਮ ਕਰਨਾ ਪਸੰਦ ਕਰੋਗੇ ਐਜ਼ ਐਨ ਐਕਟਰ ਐਜ਼ ਐਨ ਐਕਟਰ ਆਲੀਆ ਭੱਟ ਆਲੀਆ ਭੱਟ ਸ਼ਰਧਾ ਕਪੂਰ ਯੰਗ ਗਰਲਸ ਵੈਰੀ ਟੈਲੈਂਟਡ ਵੈਰੀ ਹਫ਼ਤੇ ਚੜ੍ਹ ਕੇ ਬੈਠੇ ਹੋ ਫਿਰ ਤੁਸੀਂ ਉਸ ਤੋਂ ਪਹਿਲਾਂ ਐਸੇ ਕਰੋਨਾ ਵਿਦਾ ਦੇ ਵਿੱਚ ਵੀ ਪ੍ਰਿੰਸ ਦਾ ਕੈਰੈਕਟਰ ਸੀ ਇੱਕਦਮ ਜਿਹਾ ਇੱਕਦਮ ਮਤਲਬ ਕੈਰੈਕਟਰ ਆਉਣਾ ਅਤੇ ਅੱਛਾ ਹੁੰਦਾ ਵੀ ਇਹੀ ਸੀ ਜਿਵੇਂ ਅੰਜੂ ਨੇ ਪੁੱਛਿਆ ਵੀ ਕਿਸ ਤਰ੍ਹਾਂ ਦਾ ਕਿਰਦਾਰ ਪਲੇ ਕਰਨਾ ਚਾਹੁੰਦੇ ਹੋ ਮੈਂ ਕਿਤੇ ਵੀ ਜਾਂਦਾ ਸੀ ਨਾ ਤਾਂ ਮੈਨੂੰ ਸਾਹਮਣੇ ਵਾਲਾ ਸਕ੍ਰਿਪਟ ਹੀ ਉਹ ਪਾਉਂਦਾ ਸੀ ਜਿਹੜੀ ਕਿ ਮਤਲਬ ਰਿਲੇਟ ਕਰੇ ਫੋਰ ਐਗਜ਼ਾਮਪਲ ਚੀਫ ਆਫ ਦਾ ਆਰਮੀ ਸਟਾਫ ਜਾਂ ਨੇਵੀ ਸਕੂਲ ਹੁੰਦਾ ਜਾਂ ਕੋਈ ਬਿਜ਼ਨਸ ਟਾਈਗਨ ਇਹ ਚੀਜ਼ ਨੂੰ ਉਹਨਾਂ ਨੇ ਬਹੁਤ ਅਲੱਗ ਤਰੀਕੇ ਨਾਲ ਸੋਚਿਆ ਤੁਹਾਡਾ ਟਾਈਮ ਨਹੀਂ ਸਹੀ ਸੋਚਿਆ ਨਹੀਂ ਸਾਡੇ ਵੀ ਇਸ ਤੋਂ ਅਰਥ ਹੋ ਗਿਆ ਹਾਂਜੀ ਫਿਰ ਤੋਂ ਅਰਥ ਤੇ ਉਹਨਾਂ ਦਾ ਹੁੰਦਾ ਵੀ ਇੱਦਾਂ ਹੁੰਦੀ ਨਾ ਹਵਾਈ ਤਾਂ ਹੋਰ ਇਮੇਜ ਹੀ ਹੋਰ ਹੁੰਦੀ ਨਾ ਹਵਾਈਆਂ ਦੀ ਉਹ ਕਹਿੰਦੀ ਮੈਨੂੰ ਇੱਕ ਹੈਂਡਸਮ ਹਲਵਾਈ ਚਾਹੀਦਾ ਇਹ ਬਹੁਤ ਹੀ ਕਿਉਂਕਿ ਸਾਡਾ ਸ਼ੋਅ ਸਟਾਰ ਪਲੱਸ 'ਤੇ ਆ ਰਿਹਾ ਉੱਥੇ ਲੋਕ ਦੋ ਰੀਜ਼ਨ ਨਾਲ ਜਾਂਦੇ ਹਨ ਬਲਕਿ ਤਿੰਨ ਰੀਜ਼ਨ ਨਾਲ ਜਾਂਦੇ ਹਨ ਇੱਕ ਤਾਂ ਸਲਮਾਨ ਭਾਈ ਨੂੰ ਦੇਖਣ ਜਾਂਦੇ ਹਨ ਅਤੇ ਦੂਸਰਾ ਪੈਸੇ ਕਮਾਉਣ ਜਾਂਦੇ ਹਨ ਤੀਸਰਾ ਫੇਮ ਕਮਾਉਣ ਜਾਂਦੇ ਹਨ ਮੈਨੇ ਤਿੰਨੋਂ ਚੀਜ਼ਾਂ ਵੈਸੇ ਹੀ ਕਰਨੀਆਂ ਸਲਮਾਨ ਭਾਈ ਨਾਲ ਕੰਮ ਵੀ ਕਰ ਲਿਆ ਅਤੇ ਛੋਟੇ ਮੋਟੇ ਪੈਸੇ ਵੀ ਕਮਾ ਲਏ ਅਤੇ ਮੈਂ ਅਸਲ ਲਾਈਫ ਦੇ ਬਿਗ ਬੋਸ ਦੇ ਵਿੱਚ ਬਿਲੀਵ ਕਰਦਾ ਅਸਲ ਲਾਈਫ ਦੇ ਵਿੱਚ ਵੀ ਸਾਡੇ ਨਾਲ ਬਿਗ ਬੋਸ ਚੱਲਦਾ ਬਿਗ ਬੋਸ ਸਾਡੇ ਨਾਲ ਇੱਕ ਹੁੰਦਾ ਨਹੀਂ ਉਹ ਵੀ ਇਹੀ ਹੁੰਦੇ ਨੇ ਕੈਰੈਕਟਰ ਪਹਿਲਾਂ ਪਤਾ ਨਹੀਂ ਹੁੰਦੇ ਹੌਲੀ ਹੌਲੀ ਉਹਨਾਂ ਦੇ ਚਿਹਰੇ ਆਪਣੇ ਸਾਹਮਣੇ ਆਉਂਦੇ ਅਸਲ ਲਾਈਫ ਦਾ ਬਿਗ ਬੋਸ ਵੀ ਹੈ ਉਹ ਉਹਦਾ ਖੇਤਰ ਬਹੁਤ ਬੜਾ ਹੈ
ਉਹਦੇ ਵਿੱਚ ਚਿਹਰੇ ਤੇ ਚਿਹਰਾ ਚੜਿਆ ਹੋਇਆ, ਉਹ ਚ ਵੀ ਲੋਕੀ ਇੱਕ ਨੰਬਰ ਦੀ ਪੋਜੀਸ਼ਨ ਚ ਆਉਣ ਲਈ ਤੁਹਾਨੂੰ ਐਲੀਮੀਨੇਟ ਕਰਦੇ ਨੇ ਇੱਕ ਦੂਸਰੇ ਕੋਲ ਬੈਠ ਕੇ। ਉੱਥੇ ਵੀ ਇੱਕ ਆਵਾਜ਼ ਆਉਂਦੀ ਹੈ, ਉਹ ਅੰਦਰੋਂ ਮਨ ਦੀ ਆਵਾਜ਼ ਆਉਂਦੀ ਹੈ, ਉੱਥੇ ਬਿਗ ਬੋਸ ਦੀ ਆਵਾਜ਼। ਆਈ ਬਿਲੀਵ ਇਨ ਦਾ ਐਕਚੁਅਲ ਬਿਗ ਬੋਸ, ਰਿਐਲਿਟੀ ਆਫ ਬਿਗ ਬੋਸ। ਬੜੇ ਅਭਿਨੇਤਾ ਵੀ ਹੁੰਦਾ ਨੇਤਾ ਬਣਨ ਲਈ, ਲੇਕਿਨ ਆਫਟਰ ਸਰਟਨ ਪੁਆਇੰਟ ਆਫ ਟਾਈਮ, ਜਿਵੇਂ ਜਿਹਨਾਂ ਨੇ ਆਪਣੀ ਜ਼ਿੰਦਗੀ 'ਚ ਆਲਰੇਡੀ ਬਹੁਤ ਵਧੀਆ ਮੁਕਾਮ ਹਾਸਲ ਕੀਤਾ ਐਕਟਿੰਗ ਦੇ ਪਰਦੇ 'ਤੇ, ਅਤੇ ਮੇਰੇ ਖਿਆਲ 'ਚ ਹਜੇ ਬਹੁਤ ਸਾਰੇ ਲੋਕਾਂ ਲਈ, ਹਜੇ ਵੀ ਮੈਂ ਨਵਾਂ, ਮੈਂ ਖੁਦ ਬੜੇ ਪਰਦੇ ਲਈ ਨਹੀਂ, ਬੜੇ ਪਰਦੇ ਦੇ ਲੋਕਾਂ ਨੇ ਦੇਖਿਆ ਨਹੀਂ ਹੈ, ਅਤੇ ਹਜੇ ਨੇਤਾਗਿਰੀ ਪੰਜਾਬ ਕੇ ਬਹੁਤ ਅਗਰ ਨਾਮੀ ਗ੍ਰਾਮੀ ਸ਼ਹਿਰ ਜੋ ਬਾਲੀਵੁੱਡ ਮੇ ਲੋਕ ਜੋ ਜਾਣਤੇ ਹੈ, ਜਿਨਕੇ ਪ੍ਰੋਡਕਟਸ ਵੀ ਹੈ ਸੋਨੂ ਸੂਦ ਮੋਗਾ ਕੇ ਹੈ, ਔਰ ਬਹੁਤ ਸਾਰੇ ਨਿਊ ਕਮਰਸ ਵੀ ਹੈ ਮੋਗਾ ਕੇ, ਔਰ ਬਹੁਤ ਸਾਰੇ ਡਾਇਰੈਕਟਰਸ ਵੀ ਹੈ ਮੋਗਾ ਦੇ, ਬਹੁਤ ਸਾਰੇ, ਸੋ ਮੈਨੀ ਪੀਪਲ ਆਰ ਫਰੋਮ ਮੋਗਾ। ਤੋ ਮੋਗਾ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ, ਮੇਰੇ ਖਿਆਲ ਸੇ ਤਿੰਨ ਚਾਰ ਪੰਜ ਛੇ ਐਸੇ ਸ਼ਹਿਰ ਹੋਗੇ ਜੋ ਇੰਡਸਟਰੀ ਮੇ ਲੋਕ ਬਹੁਤ ਹੀ ਜਾਣਦੇ ਹੋ। ਅਬ ਮਲੇਰਕੋਟਲਾ ਵੀ ਹੈ ਜਿਸ ਕੋ ਲੋਕ ਜਾਣਦੇ ਹੈ, ਮੁਝੇ ਬਹੁਤ ਅੱਛਾ ਲੱਗਦਾ ਹੈ ਯਹਾਂ ਪੇ ਆ ਕੇ ਸੱਚੀ। ਔਰ ਅਫਕੋਰਸ ਮੈਂ ਯਹਾਂ ਪੇ ਕਿਸੇ ਪਿਕਚਰ ਕੀ ਪ੍ਰਮੋਸ਼ਨ ਜਾਂ ਫਿਰ ਕੋਈ ਪ੍ਰਚਾਰ ਕਰਨੇ ਤੋਂ ਨਹੀਂ ਆਇਆ, ਮੈਂ ਯਹਾਂ ਪੇ ਆਪਣੀ ਫੈਮਿਲੀ ਕੋ ਮਿਲਨੇ ਆਇਆ ਹੂੰ, ਔਰ ਜੋ ਕਿ ਐਕਚੁਅਲ ਮੇਰਾ ਟਾਈਮ ਹੈ, ਮਤਲਬ ਮੈਂ ਪੰਜਾਬ ਮੇ ਜਿਸ ਮਕਸਦ ਸੇ ਹੂੰ, ਕਾਮ ਸੇ ਛੁੱਟੀ ਲੇ ਕਰ ਆਪਣੇ ਆਪਣੋ ਕੋ ਮਿਲਣਾ, ਆਪਣੇ ਯਾਰ ਦੋਸਤੋਂ ਕੋ ਮਿਲਣਾ, ਆਪਣੇ ਦੋਸਤੋਂ ਕੋ ਮਿਲਣਾ, ਆਪਣੇ ਪਰਿਵਾਰ ਵਾਲੋ ਕੋ ਮਿਲਣਾ, ਬਸ ਇਹੀ ਹੈ। ਤੋ ਜੋ ਸੀਰੀਅਲ ਕੀ ਬਾਤ ਕੀ ਜਾਏ, ਕਬ ਸੇ ਆਪਣੇ ਯੇ ਸ਼ੁਰੂ ਕੀਆ ਸੀਰੀਅਲ ਮੇ, ਜੋ ਆਪਕਾ ਪਹਿਲਾ ਕਿਰਦਾਰ, ਕਬ ਸੇ ਕੌਨ ਸੇ ਸੀਰੀਅਲ ਮੇ? ਸਬਸੇ ਪਹਿਲੇ ਸ਼ੁਰੂਆਤ ਹੋਈ ਮੇਰੀ ਕਹੀਂ ਤੋਂ ਹੋਗਾ ਸੀ, ਬਾਲਾਜੀ ਟੈਲੀਫਿਲਮ ਸੇ ਜਾਨੀ, ਵਹਾਂ ਸੇ ਸਟਾਰਟ ਹੋਈ, ਇਕਦਮ ਅਨਜਾਨ, ਮਤਲਬ ਇਸਕੋ ਕੁਛ ਨਹੀਂ ਪਤਾ, ਸ਼ਾਇਦ ਮੇਰੇ ਯਾਦ ਹੈ ਕਿ ਮੇਰੇ ਸਟਾਰਟਿੰਗ ਕੇ ਦਸ ਬਾਰਾਂ ਐਪੀਸੋਡ ਡੱਬ ਹੋਏ ਸੇ, ਕਿਉਂਕਿ ਮੁਝੇ ਲੈਂਗੁਏਜ ਕੀ ਪ੍ਰੋਬਲਮ ਥੀ, ਲੈਂਗੁਏਜ ਮੇ ਸੇ ਬੋਲੀ ਨਹੀਂ ਜਾਤੀ ਥੀ, ਪੰਜਾਬੀ ਕਾ ਟੱਚ ਬਹੁਤ ਜ਼ਿਆਦਾ ਥਾ। ਤੋ ਸਲੋਲੀ ਐਂਡ ਗ੍ਰੈਜੂਅਲੀ, ਅਗਰ ਬਾਤ ਕੀ ਜਾਏ ਪ੍ਰਿਥਵੀਰਾਜ ਚੌਹਾਨ ਕੀ, ਪ੍ਰਿਥਵੀਰਾਜ ਚੌਹਾਨ ਮੇ ਇੱਕ ਉਹਦਾ ਜ਼ਿੰਮੇਦਾਰੀ ਔਰ ਬੜ ਗਈ ਮੇਰੇ ਕੰਧੋ ਪੇ, ਕਿਉਂਕਿ ਉਸਮੇ ਐਜ਼ ਅ ਲੀਡ ਮੁਝੇ ਮੋਤੀ ਜੀ ਨੇ ਸਿਲੈਕਟ ਕੀਆ। ਤੋ ਉਸਮੇ ਡਾਇਲੋਗ ਬਹੁਤ ਕਮ ਥੇ, ਪ੍ਰਿਥਵੀ ਬਾਤੋਂ ਮੇ ਕਮ, ਔਰ ਆਪਣੇ ਆਪਣੀ ਤਾਕਤ ਪੇ ਜ਼ਿਆਦਾ ਬਿਲੀਵ ਕਰਤਾ ਥਾ, ਆਪਣੇ ਆਪ ਪੇ ਜ਼ਿਆਦਾ ਬਿਲੀਵ ਕਰਤਾ ਥਾ। ਤੋ ਵੋ ਜੋ ਵੀ ਡਾਇਲੋਗ ਆਤੇ ਥੇ ਬਹੁਤ ਹੀ ਸਾਫ਼ ਸੁਥਰੇ ਡਾਇਲੋਗ ਆਤੇ ਥੇ, ਤੋ ਔਰ ਬੁਲਵਾਨੇ ਵਾਲੇ ਔਰ ਬੋਲਨੇ ਵਾਲੇ, ਮਤਲਬ ਅਗਰ ਕੋਂਬੀਨੇਸ਼ਨ ਅੱਛਾ ਮਿਲ ਜਾਏ, ਔਰ ਲਿਖਣੇ ਵਾਲੋ ਕਾ, ਤੋ ਇੱਕ ਇੱਕ ਲਾਈਨ ਆਪਣੇ ਆਪ ਮੇ ਇੱਕ ਡਾਇਲੋਗ ਹੋਤੀ ਹੈ, ਔਰ ਆਪਕੋ ਆਪਕੀ ਆਪਕੀ ਲੈਂਗੁਏਜ ਮੇ ਵੀ ਬਹੁਤ ਸੁਧਾਰ ਕਰਤੀ ਹੈ, ਵੋ ਚੀਜ਼ ਆਪਕੋ ਅੱਛਾ ਲੱਗਤਾ ਹੈ, ਆਪ ਬਾਰ ਬਾਰ ਉਸ ਲਾਈਨ ਕੋ ਬੋਲਤੇ ਹੈ, ਤੋ ਆਪਕੀ ਕਹੀਂ ਨਾ ਕਿ ਲੈਂਗੁਏਜ ਸੁਧਰਤੀ ਹੈ। ਤੋ ਕਹੀਂ ਤੋ ਹੋਗਾ ਸੀ ਲੈ ਕੇ ਪ੍ਰਿਥਵੀਰਾਜ ਚੌਹਾਨ, ਵਾਇਆ 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 ਕਹਾਣੀ ਘੁੰਮਦੀ ਹੋਈ, ਐਸੇ ਕਰੋਨਾ ਵਿਦਾ ਫਿਰ ਆ ਕੇ ਰੁਕੀ ਪੁਸ਼ਕਰ। ਸ਼ੁਰੂ ਜੀ, ਆਪਕਾ ਆਨੇ ਵਾਲਾ ਕਿਆ ਪ੍ਰੋਗਰਾਮ ਹੈ ਸੀਰੀਅਲ ਵਗੈਰਾ? ਆਨੇ ਵਾਲਾ ਪ੍ਰੋਗਰਾਮ ਸੀਰੀਅਲ ਤੋ ਯਾਰ ਟਾਇਰਡ, ਮੈਂ ਚਾਹਤਾ ਹੂੰ ਕੁਛ ਅਲੱਗ ਸੇ, ਕੁਛ ਕੋਈ ਵੀ ਅਲੱਗ ਸੇ ਐਕਸਪੈਰੀਮੈਂਟ ਕੀਆ ਜਾਏ, ਜਿਸ ਕੇ ਲੀਏ ਮੈਂ ਹੂੰ, ਮੈਨੇ ਗਾਣੇ ਵੀ ਗਾਏ, ਉਸਮੇ ਦੋ ਗਾਣੇ ਵੀ ਗਾਏ ਹੈਂ, ਔਰ ਮੈਂ ਚਾਹਤਾ ਹੂੰ ਕਿ ਮੈਂ ਆਪਣਾ ਜੋ ਕਰੀਅਰ ਹੈ, ਜੋ ਆਪਣੀ ਜੋ ਆਪਣੀ ਜੋ ਜਰਨੀ ਹੈ, ਉਹ ਐਜ਼ ਐਨ ਐਕਟਰ ਇਸਕੋ ਸਮੂਥਲੀ ਲੋਕੋਂ ਕੀ ਚੋਇਸ ਕੇ ਹਿਸਾਬ ਸੇ। ਅਗਰ ਹਮ ਦੀਆ ਔਰ ਬਾਤ ਕੀ ਬਾਤ ਕਰੇਂ, ਤੋ ਉਸਮੇ ਆਪਕਾ ਕੈਸਾ ਅਨੁਭਵ ਹੈ? ਦੀਆ ਔਰ ਬਾਤੀ ਕਾ ਅਨੁਭਵ, ਮੈਂ ਇੱਕ ਦਿਨ ਵੈਸੇ ਹੀ ਕਾਊਂਟ ਕਰ ਰਿਹਾ ਥਾ, ਬੈਠ ਕੇ ਦੇਖ ਰਿਹਾ ਥਾ ਕਿ ਹਾਊ ਮੈਨੀ ਆਵਰਸ ਆਈ ਹੈਵ ਵਰਕਡ, ਯਾਨੀ ਕਿਤਨੇ ਘੰਟੇ ਕੰਮ ਕੀਆ, ਤੋ ਕੁਛ 750 ਘੰਟੇ ਕੰਮ ਕੀਆ, 750 ਘੰਟੇ ਕੋ ਡਿਵਾਈਡ ਕਰਕੇ ਅਗਰ ਪਿਕਚਰਸ ਨਿਕਾਲੀ ਜਾਏ, ਤੋ ਕੁਛ 260 ਫਿਲਮੇ ਕਰ ਲਈ ਮੈਨੇ, ਤੋ 260 ਫਿਲਮੋਂ ਕਾ ਅਨੁਭਵ ਹੈ, ਔਰ 260 ਫਿਲਮੋਂ ਕਾ ਅਨੁਭਵ ਵੀ ਵੋ ਵੀ 5 ਸਾਲੋਂ ਕੇ ਲਿਮਿਟਡ ਟਾਈਮ ਹੈ,
एक होता है गिवन टाइम में कि आपको इतना टाइम दिया जाएगा और उसी में आपको 260 फिल्में करनी है। तो एज एन एक्टर अगर बात की जाए तो बहुत ही अच्छा अनुभव रहा, बहुत लोगों के साथ काम करने का मौका मिला, एक्टर्स के साथ, डायरेक्टर्स के साथ बहुत सारे, और एज एन एक्टर भी बहुत सारी ग्रूमिंग हुई, एज ए ह्यूमन बीइंग भी मैं बहुत कुछ उसमें से सीखा कि अपने माँ बाप की इज्जत कैसे करते हैं, कैसे रिएक्शन होता है लोगों का, लोग आपको कितना सराहते हैं अगर आप कोई छोटी सी बात करते हैं अपनी माँ के लिए, अपनी पत्नी के लिए, अब फैमिली मेम्बर्स के लिए। इट्स ए ग्रेट जर्नी, अनफॉरगेटेबल जर्नी सीरियसली। जैसा कि उसमें आपका मेन रोल रहा है एक हलवाई का जी, तो हलवाई का रोल करने में आपको कोई दिक्कत आई हो? हलवाई का रोल करने में मुझे कोई दिक्कत नहीं आई क्योंकि बहुत ही इजी कैरेक्टर था, इजी इन द सेंस के आप ये बोल सकते हैं कि पृथ्वीराज चौहान करने में मुझे दिक्कत आई थी क्योंकि जैसे ही बख्तर उतरता था तो मुझे ऐसा लगता था यार मैं कौन हूँ, साइकिल और स्कूटर उठाओ और सीधा अपने रूम में जाओ, घोड़ा ना तलवार ना बख्तर ना सेना कुछ नहीं। लेकिन जब मैं दियाबाती में आया तो एक चीज़ मैं ज़रूर अंदर ही अंदर महसूस कर रहा था काफ़ी महीनों तक, इनफैक्ट जब मैं वापस मालेपुर लाया तो मुझे इस चीज़ का कोई वो नहीं था कि यार मुझे गाड़ी चाहिए, मैं बाइक में भी घूम रहा था इजीली, तो लोग टी शर्ट जीन में घूम रहे, लोग बोल रहे अरे वाह वाह अरे सूरज देखो कितना हैंडसम लग रहा है, बोले यार देखो आज चेतक नहीं है इसके पास, आ तो यार यामा है इसके पास। तो मतलब मुझे उसने एक दियाबाती ने एक नॉर्मल लाइफ जीने के लिए बहुत प्रोत्साहित किया, बहुत मोटिवेट किया। दिया और बाती में देखा गया कि आपका फैमिली के प्रति बहुत प्यार रहा जी, उसमें आप लोगों को क्या मैसेज देना चाहते हैं, आज की जनरेशन को क्या मैसेज देना चाहते हैं जिन लोगों ने ये सीरियल देखा? जिन लोगों ने ये सीरियल देखा है उनको भी, उन्होंने तो काफ़ी हद तक देख लिया, और जिन्होंने ये सीरियल नहीं देखा है उनको भी मैं यही मैसेज देना चाहूँगा कि आप अपनी ज़िंदगी के असली हीरो तभी हैं जब आप अपने घर में हीरो हैं, जब आपके पड़ोसी आपके बारे में अच्छा बोले, जब आपकी माँ सचमुच आपको ये बोले कि मेरा बेटा श्रवण कुमार है, जब उसके अंदर से दुआ निकले कि जा बेटा तरक्की कर, जा बेटा दुनिया में फतेह हासिल कर, तो वो सचमुच वही तरक्की करेगा। तो मेरा मैसेज यही है कि वी ऑल शुड लव आवर फैमिलीज एंड रिस्पेक्ट आवर एल्डर्स वट एवर दे से, कि वो कुछ भी बोल रहे हैं हमें उनको ये कभी नहीं बोल के इग्नोर करना चाहिए कि यार आपका ज़माना और था और हमारा ज़माना और है, ज़माना सदियों से एक ही है और ऐसे ही चलेगा। सीरियल की बात करें, आपने 5 सीरियल किए हैं, सबसे बेस्ट आपका सीरियल कौन सा रहा है, किसके व्यूवर्स आपको ज़्यादा मिले हैं, कहाँ से आपको ज़्यादा? टेलीविज़न में हर चैनल के हर स्लॉट के अगर 9 बजे शो किया, कोई 7 बजे के और 9 बजे से कोई 11 बजे, हर उसके अलग अलग व्यूअर्स होते हैं। आफ्टरनून भी किया मैंने, वीकेंड्स में भी किया पृथ्वीराज चौहान सैटरडे संडे, और मैंने लेट नाइट शो कहीं तो होगा भी किया, 11 o'clock आता था तो ये भी किया। तो व्यूअर्स यही है कि व्यूअर्स हमेशा अच्छा काम देखना चाहते हैं, उनके हाथ में रिमोट है और वो ऐसे ऐसे क्लिक 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 करते जाएंगे जहाँ पे उनको अच्छा चेहरा और अच्छा काम दिखा और वहीं पे वो रुक जाते हैं। तो मेरा दियाबाती में अनुभव ये रहा है कि आज भी हम दिल के राजा हैं, भले ही जेब से हम ढीले हैं लेकिन हम दिल के राजा हैं, आज भी हम अपनी फैमिली वैल्यूज़ को जानते हैं और आज भी हम छोटी छोटी चीज़ों में बिलीव करते हैं राधा दे करोड़ एंड अरब्स ऑफ रुपीज़। कोई अभी आने वाला सीरियल आपका? लेट्स होप, फिंगर क्रॉस, आई एम लुकिंग फॉर अ न्यू वर्क, लेट्स सी व्हाट हैपेंस। थैंक यू।